ਪੰਜਾਬ ਦੇ ਕਈ ਵਪਾਰੀ ਲੰਬੇ ਸਮੇਂ ਤੋਂ ਡਿਫਾਲਟਰ ਚੱਲੇ ਆ ਰਹੇ ਸਨ ਪਰ ਉਹਨਾਂ ਨੂੰ ਰਾਹਤ ਦਿੱਤੀ ਹੈ ਪੰਜਾਬ ਸਰਕਾਰ ਨੇ ਕੈਬਨਟ ਦੇ ਵਿੱਚ ਮਨਜ਼ੂਰੀ ਦਿੱਤੀ ਹੈ ਵਨ ਟਾਈਮ ਸੈਟਲਮੈਂਟ ਪਾਲਿਸੀ ਦੀ ਕਿੰਨਾ ਕੁ ਰਾਹਤ ਇਸ ਨੂੰ ਵਪਾਰੀ ਦੇਖ ਰਹੇ ਨੇ ਤੇ ਜਿਸ ਤਰੀਕੇ ਨਾਲ ਡਿਮਾਂਡ ਰੱਖੀ ਸੀ ਕੀ ਉਹ ਸਾਰੀ ਪੂਰੀ ਹੋ ਗਈ ਹੈ ਜਾਂ ਹਜੇ ਵੀ ਕੁਝ ਡਿਮਾਂਡਸ ਬਾਕੀ ਨੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਵਪਾਰ ਮੰਡਲ ਆਵਾਦੀ ਪਾਰਟੀ ਦੇ ਪ੍ਰਧਾਨ ਜਿੱਥੇ ਮੌਜੂਦ ਹਨ ਵਨੀਤ ਜੀਵਨੀਤ ਵਰਮਾ ਸਰ ਜਿਸ ਤਰੀਕੇ ਨਾਲ ਕੱਲ ਰਾਹਤ ਦਿੱਤੀ ਗਈ ਹੈ ਕਿੰਨਾ ਕੁ ਰਾਹਤ ਵਪਾਰੀ ਮਹਿਸੂਸ ਕਰ ਰਹੇ ਨੇ ਅੱਜ ਦੇਖੋ ਇਹ ਬਹੁਤ ਵੱਡਾ ਬਹੁਤ ਹੀ ਸ਼ਰਾਗਾ ਯੋਗ ਜਿਹੜਾ ਇਹ ਕਦਮ ਹੈ ਕਿਉਂਕਿ ਅੱਜ ਤੱਕ ਆਪਾਂ ਸਮਝ ਸਮਝਦੀਆਂ ਸਰਕਾਰਾਂ ਜਿਨੀਆਂ ਆਈਆਂ ਜਾਂ ਜੋ ਅਸੀਂ ਵੇਖਦੇ ਆਏ ਆ ਜਾਂ ਵਪਾਰੀ ਵੇਖਦੇ ਆਏ ਨੇ ਉਹਦੇ 'ਚ ਹਮੇਸ਼ਾ ਵਪਾਰੀਆਂ ਤੋਂ ਲਿਆ ਹੀ ਗਿਆ ਔਰ ਇਹ ਪਹਿਲੀ ਵਾਰੀ ਇਤਿਹਾਸ ਹੋਣ ਜਾ ਰਿਹਾ ਹੈ ਵੀ ਮਾਨ ਸਾਹਿਬ ਦੀ ਸਰਕਾਰ ਨੇ ਜਾਂ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਵਪਾਰੀਆਂ ਨੂੰ ਕੁਝ ਮੁੜ ਕੇ ਜਿਹੜਾ ਹੈਗਾ ਕੋਈ ਰੀਲੀਫ ਦਿੱਤਾ ਦੇਖੋ ਅੱਜ ਅਗਰ ਆਪਾਂ ਮੋਟਾ-ਮੋਟਾ ਅੰਕੜਾ ਵੀ ਲਾਈਏ ਤਾਂ 62000 60000 ਦੇ ਕਰੀਬ ਜਿਹੜੇ ਨੇ तकरीबन ਕੇਸ ਜਿਹੜੇ ਨੇ ਉਹ ਪੁਰਾਣੇ ਪੈਂਡਿੰਗ ਹੈ 2017 ਤੋਂ ਪਹਿਲਾਂ ਦੇ ਪੈਂਡਿੰਗ ਹੈ ਤੁਸੀਂ ਸੋਚੋ ਵੀ ਜਿਹੜੇ 61 62 ਹਜ਼ਾਰ ਵਪਾਰੀਆਂ ਦੇ ਇਹ ਲੰਬਿਤ ਕੇਸ ਚੱਲਦੇ ਆ ਉਹ ਵਿਚਾਰੇ ਕਿੰਨਾ ਕ ਮਾਨਸਿਕ ਟੋਰਚਰ ਦੇਖਦੇ ਹੋਣਗੇ ਆ ਕਿੰਨਾ ਕ ਇਕਨੋਮਿਕਲੀ ਉਹ ਵਿਚਾਰਾ ਕੰਮ ਕਰੂਗਾ ਜਾਂ ਸਿਰਫ ਕੋਰਟ ਕਚਹਿਰੀ ਕਰਦਾ ਫਿਰੂਗਾ ਔਰ ਜਦੋਂ ਦੇਖੋ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਮੈਂ ਹੈਰਾਨ ਹੁੰਨਾ ਵੀ ਇੰਨਾ ਇੰਪੋਰਟੈਂਟ ਚੀਜ਼ਾਂ ਨੂੰ ਉਹਨਾਂ ਨੇ ਕਿਵੇਂ ਇਗਨੋਰ ਕਰਿਆ ਜਦੋਂ 2017 ਚ GST ਆ ਗਿਆ VAT ਖਤਮ ਹੋ ਗਿਆ ਤਾਂ ਪੁਰਾਣੇ ਕੇਸਿਸ ਉਹਨਾਂ ਨੂੰ ਖਤਮ ਕਰ ਦੇਣੇ ਚਾਹੀਦੇ ਸੀ ਪਰ ਨੀਤ ਸਾਫ਼ ਨਹੀਂ ਸੀ ਮੈਂ ਅੱਜ ਤੁਹਾਨੂੰ ਕੈਟੇਗੋਰਿਕਲੀ ਇੱਕ ਹੋਰ ਗੱਲ ਦੇਖੋ ਦੱਸਣਾ ਚਾਹੁੰਦਾ ਪਿਛੜੀਆਂ ਬੰਦ ਕਮਰਿਆਂ ਚ ਬਹਿ ਕੇ ਪਾਲਸੀ ਵਿੱਚ ਜਿਹੜਾ ਵਪਾਰੀਆਂ ਨੂੰ ਰੱਤੀ ਪਰ ਵੀ ਰਾਤ ਨਹੀਂ ਮਿਲੀ ਔਰ ਮਾਨ ਸਾਹਿਬ ਦੀ ਸਰਕਾਰ ਨੂੰ ਦੁਆਰ ਤੇ OTIS ਸਕੀਮ ਲਿਆਣੀ ਪਈ ਜਿਹਦੇ ਵਿੱਚ ਅੱਜ ਤੁਸੀਂ ਦੇਖੋ ਵੀ 1 ਲੱਖ ਤੱਕ ਦਾ ਪ੍ਰੋਪਰ ਜਿਹੜਾ ਕੋਈ ਸਰਕਾਰ ਦੇ ਦੇ ਕੋਲ ਕਿਸੇ ਦਾ ਕੋਈ ਟੈਕਸ ਬਕਾਇਆ ਉਹ ਮਾਫ ਹੋ ਰਿਹਾ ਹੈ ਅਨਟਾਸਟਡ ਪੈਨਲਟੀ ਮਾਫ ਹੋ ਰਹੀ ਹੈ 1 ਲੱਖ ਤੋਂ 1 1 ਕਰੋੜ ਤੱਕ ਦੇ ਜਿਹੜੇ ਟੈਕਸਿਸ ਨੇ ਕਿਸੇ ਦੇ ਬਕਾਇਆ ਉਹਨੂੰ 50% ਰਿਵੈਟ ਨਾਲ ਉਹਨੂੰ ਟੈਕਸ ਜਮ੍ਹਾਂ ਕਰਾਉਣਾ ਤੇ ਇੰਟਰਸਟ ਪੈਨਲਟੀ ਮਾਫ ਹੋ ਰਹੀ ਹੈ ਕਿੰਨਾ ਵੱਡਾ ਫੈਸਲਾ ਸੋ ਇਹ ਫੈਸਲੇ ਕਰਨ ਵਾਸਤੇ ਦੇਖੋ ਇੱਕ ਇੱਛਾ ਸ਼ਕਤੀ ਚਾਹੀਦੀ ਹੈ ਇੱਕ ਵਿੱਲ ਚਾਹੀਦੀ ਹੈ ਜੋ ਇੱਕ ਮਾਨ ਸਾਹਿਬ ਦੀ ਸਰਕਾਰ ਕੋਲ ਜਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਹੈ ਕਿਉਂਕਿ ਇਹ ਜਿਹੜੇ ਬੇਸਿਕ ਫੈਸਲੇ ਨੇ ਛੋਟੇ ਛੋਟੇ ਫੈਸਲੇ ਨੇ ਇਹ ਵਪਾਰੀਆਂ ਨੂੰ ਕਈ ਨਾ ਕਈ ਧਾਕਿਆਂ ਤੋਂ ਜਿਹੜੇ ਸੀ ਉਹ ਵਿਚਾਰੇ ਬੜੇ ਮਹਿਸੂਸ ਕਰਦੇ ਸੀ ਵੀ ਹਮੇਸ਼ਾ ਸਰਕਾਰਾਂ ਨੇ ਸਾਨੂੰ ਸਿਰਫ ਕਮਾਊ ਪੁੱਤ ਸਮਝਿਆ ਸਾਡਾ ਤਾਂ ਟੈਕਸ ਲੈਣਾ ਉਹਨਾਂ ਦੀ ਡਿਊਟੀ ਆ ਪਰ ਸਾਨੂੰ ਦਿੱਤਾ ਕੁਝ ਨਹੀਂ ਸੋ ਵਪਾਰੀ ਬਹੁਤ ਰਾਹਤ ਮਹਿਸੂਸ ਕਰ ਰਹੇ ਆ ਅੱਜ ਜੇਕਰ ਤੁਸੀਂ ਪੰਜਾਬ ਦਾ ਕਿਸੇ ਵੀ ਅਖਬਾਰ ਦਾ ਨਿਊਜ਼ਪੇਪਰ ਤੁਸੀਂ ਅੱਜ ਪੜ੍ਹ ਕੇ ਦੇਖ ਲਓ ਤਾਂ ਉਹ ਚ ਪੰਜਾਬੀ ਕਿਹਾ ਵਪਾਰੀ ਜਿਹੜਾ ਉਹ ਆਪ ਮੁਰੇ ਹੋ ਕੇ ਕਹਿ ਰਿਹਾ ਵੀ ਮਾਨ ਸਾਹਿਬ ਸਰਕਾਰ ਦਾ ਜਿਹੜਾ ਹੈ ਬਹੁਤ ਵਧੀਆ ਫੈਸਲਾ ਸੋ ਇਹ ਬਹੁਤ ਹੀ ਕਾਬਲੇ ਤਾਰੀਫ ਫੈਸਲਾ ਆ ਸੀ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਆਪ ਅੱਗੇ ਹੋ ਕੇ ਆਪ ਅੱਗੇ ਇਨੀਸ਼ੀਏਟਿਵ ਲੈ ਕੇ ਵਪਾਰੀਆਂ ਨੂੰ ਇਹ ਬਹੁਤ ਅਸੀਂ ਸਮੂਹ ਪਵਾਰੀਆਂ ਵੱਲੋਂ ਇਸੇ ਤਰ੍ਹਾਂ ਹੀ ਅੱਗੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਇਆ ਇਸ 파ਟਨਰ ਜੂ ਅਸੀਂ ਮੰਨਦੇ ਆਏ ਅੱਜ ਤੱਕ ਸਾਡੀ ਸਰਕਾਰ ਮੰਨਦੀ ਹੈ ਵੀ ਜਿਹੜੇ ਵਪਾਰੀ ਨੇ ਉਹ ਸਾਡੇ ਐਸ 파ਟਨਰ ਦੀ ਤਰ੍ਹਾਂ ਅਸੀਂ ਡੀਲ ਕਰਦੇ ਹਾਂ ਸੋ ਅੱਗੇ ਵੀ ਇਹਨਾਂ ਨੂੰ 파ਟਨਰ ਦੀ ਤਰ੍ਹਾਂ ਡੀਲ ਕਰਦੇ ਰਾਂ ਪਾਰੀਆਂ ਦੀ ਸਰਕਾਰ ਨੇ ਜਦੋਂ ਮਿਲਣੀ ਹੋਈ ਸੀ ਉਸ ਵੇਲੇ ਵੀ ਇਹ ਮਤ ਰੱਖਿਆ ਗਿਆ ਅਸੀਂ ਹਰਪਾਲ ਚਿਮਾ ਸਾਹਮਣੇ ਕਿ ਇਹ ਹੋਣਾ ਚਾਹੀਦਾ ਹੈ ਹੋਰ ਵੀ ਉਹਨਾਂ ਦੀ ਕਈ ਸਾਰੀ ਚੀਜ਼ਾਂ ਸੀ ਤੁਹਾਨੂੰ ਲੱਗਦਾ ਹੈ ਇਹ ਪਾਲਿਸੀ ਦੇ ਵਿੱਚ ਉਹ ਸਭ ਕੁਝ ਸਰਕਾਰ ਨੇ ਰੱਖਿਆ ਹੈ ਕਿ ਅਜੇ ਵੀ ਕੁਝ ਲੋਡ ਹੈ ਕੀ ਉਸਦੇ ਉੱਪਰ ਦੇਖੋ ਜਦੋਂ ਸਾਡੇ ਪਾਰਟੀ ਦੇ ਸੁਪਰੀਮੋ ਪੰਜਾਬ ਚ ਆਏ ਵਪਾਰੀਆਂ ਨਾਲ ਮੀਟਿੰਗਸ ਹੁੰਦੀਆਂ ਸੀਗੀਆਂ ਜਿੰਨੀਆਂ ਵੀ ਮੀਟਿੰਗਸ ਹੋਈਆਂ ਮੋਸਟਲੀ ਵਪਾਰੀਆਂ ਦਾ ਸਭ ਤੋਂ ਪਹਿਲਾ ਕੁਐਸਚਨ ਅਗਰ ਕੋਈ ਹੁੰਦਾ ਸੀ ਤਾਂ ਇਹ ਹੁੰਦਾ ਸੀ ਵੀ ਸਰ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਦੇਸ਼ ਦੀ ਤਰੱਕੀ ਲਈ ਔਰ ਸਟੇਟ ਦੀ ਤਰੱਕੀ ਲਈ ਕੰਮ ਕਰਨਾ ਚਾਹੁੰਦੇ ਹਾਂ ਸਾਨੂੰ ਜਿਹੜੇ ਪੁਰਾਣੇ ਕੇਸਿਸ ਨੇ ਜਦੋਂ ਇੱਕ ਟੈਕਸ ਹੀ ਖਤਮ ਹੋ ਗਿਆ ਜਾਂ ਹੋਰ ਵੀ ਦੋ ਚਾਰ ਟੈਕਸ ਜਿਹੜੇ ਕੋਈ ਐਂਟਰਟੇਨਮੈਂਟ ਟੈਕਸ ਜਾਂ ਹੋਰ ਵੀਰੇ ਟੈਕਸ ਹੋ ਟੈਕਸ ਹੀ ਖਤਮ ਹੋ ਗਏ ਤਾਂ ਸਾਨੂੰ ਉਹਨਾਂ ਨੂੰ ਵਨ ਟਾਈਮ ਸਕੀਮ ਲਾ ਕੇ ਸਾਨੂੰ ਖਤਮ ਕਰੋ ਜਿਹੜਾ ਟੈਕਸ ਬਣਦਾ ਅਸੀਂ ਭਰਨ ਨੂੰ ਤਿਆਰ ਆਂ ਪਰ ਸਾਨੂੰ ਕਮ ਸੇ ਕਮ ਅਸੀਂ ਜਾਂ ਅਸੀਂ ਕੰਮ ਕਰੀਏ ਜਾਂ ਅਸੀਂ ਵਕੀਲਾਂ ਕੋਲ ਆਪਣੇ ਜਿਹੜੇ ਪੁਰਾਣੇ ਕੇਸ ਲੜਦੇ ਫਿਰਿਏ ਜਾਂ ਅਸੀਂ ਅੱਗੇ ਆਪਦਾ ਫਿਊਚਰ ਅੱਗੇ ਦੇਖੀਏ ਵੀ ਅਸੀਂ ਹੋਰ ਅੱਗੇ ਸਟੇਟ ਲਈ ਕੀ ਕਰ ਸਕਦੇ ਆਂ ਆਪਦੇ ਦੇਸ਼ ਲਈ ਕਿਸੇ ਹੋਰ ਵੀ ਸਟੇਟ ਦੀ ਸਰਕਾਰ ਨੇ ਕਿਉਂਕਿ GST ਤਾਂ ਦੇਖੋ ਪੂਰੇ ਦੇਸ਼ 'ਚ ਲਾਗੂ ਹੋਇਆ ਸੋ ਮੈਨੂੰ ਨਹੀਂ ਲੱਗਦਾ ਵੀ ਹੋਰ ਕਿਸੇ ਸਟੇਟ ਦੇ ਸਰਕਾਰ ਨੇ ਇਦਾਂ ਸੋਚਿਆ ਵੀ ਜਿਹਦੇ ਨਾਲ ਵਨ ਟਾਈਮ ਰੀਲੀਫ ਦੇ ਕੇ ਜਿਹੜੇ ਆ ਉਹ ਵਪਾਰੀਆਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ ਸੋ ਫਿਰ ਮੈਂ ਤੁਹਾਨੂੰ ਤੁਹਾਡੇ ਰਾਹੀਂ ਇੱਕ ਗੱਲ ਜ਼ਰੂਰ ਦੇਖੋ ਕਹਿਣਾ ਚਾਹੁੰਦਾ ਵੀ ਵਪਾਰੀਆਂ ਲਈ ਇਹ 골ਡਨ ਮੂਮੈਂਟ ਹੈ ਔਰ ਮੈਨੂੰ ਲੱਗਦਾ ਵੀ ਅੱਜ ਤੱਕ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਵੀ ਵਪਾਰੀਆਂ ਨੂੰ ਕੁਝ ਮਿਲਿਆ ਨੀ ਤਾਂ ਅਜੇ ਤੱਕ ਤਾਂ ਅਸੀਂ ਵੇਖਿਆ ਵੀ ਕੋਵਿਡ ਦੇ ਸਮੇਂ ਦੇ ਦੌਰਾਨ ਵੀ ਅਗਰ ਜਦੋਂ ਮਾੜਾ ਸਮਾਂ ਹੁੰਦਾ ਸੀ ਤਾਂ ਉਹਨਾਂ ਦੇ ਬੰਦ ਦੁਕਾਨਾਂ ਦੇ ਵੀ ਬਿੱਲ ਜਿਹੜੇ ਨੇ ਉਹ ਲੈਂਦੇ ਸੀਗੇ ਔਰ ਪਿਛਲੇ ਸਾਲਾਂ ਦੇ ਐਵਰੇਜ ਤੱਕ ਲੈਂਦੇ ਸੀਗੇ ਸੋ ਅੱਜ ਤੱਕ ਵਪਾਰੀਆਂ ਨੂੰ ਉਹਨਾਂ ਨੇ ਲੁੱਟਿਆ ਕਿ ਸੁਟਿਆ ਹੀ ਹੈ ਚਾਹੇ ਉਹ ਰੈੱਡ ਟੇਪ ਹੋਵੇ ਚਾਹੇ ਗੁੰਡਾ ਟੈਕਸ ਹੋਵੇ ਸੋ ਮਾਨ ਸਾਹਿਬ ਦੀ ਸਰਕਾਰ ਨੇ ਵਪਾਰੀਆਂ ਨੂੰ ਪ੍ਰੋਪਰ ਰੀਲੀਫ ਦਿੱਤਾ ਅੱਜ OTS ਸਕੀਮ ਦੇ ਰਾਹੀਂ ਦਿੱਤਾ ਤੇ ਉਸ ਤੋਂ ਪਹਿਲਾਂ ਰੈੱਡ ਟੇਪ ਹੋਵੇ ਜਾਂ ਗੁੰਡਾ ਟੈਕਸ ਹੋਵੇ ਜਾਂ ਹੋਰ ਵੀ ਜਿਹੜੀਆਂ ਵੱਖ-ਵੱਖ ਚੀਜ਼ਾਂ ਨੇ ਆਪਾਂ ਦੇਖਦੇ ਸੀ ਵੀ ਦਿਵਾਲੀ ਆ ਗਈ ਜਾਂ ਕੋਈ ਫੈਸਟੀਵਲ ਆਉਂਦਾ ਸੀ ਤਾਂ ਕਿਵੇਂ ਵਪਾਰੀਆਂ ਦੀ ਬਾਹ ਮਰੋੜ ਕੇ ਲੋਕੀ ਪੈਸੇ ਲੈ ਲੈਂਦੇ ਸੀ ਸੋ ਸਭ ਚੀਜ਼ਾਂ ਬੰਦ ਹੋ ਚੁੱਕੀਆਂ ਨੇ ਸੋ ਵਪਾਰੀ ਸਹੀ ਮੈਨੇਜਮੈਂਟ ਸਾਹਿਬ ਦੀ ਸਰਕਾਰ ਹੇਟ ਬਿਲਕੁਲ ਆਪ ਦਾ ਨਿਡਰ ਹੋ ਕੇ ਕੰਮ ਕਰ ਰਿਹਾ ਜੋ ਅਸੀਂ ਚਾਹੁੰਦੇ ਸੀ ਤੁਸੀਂ ਕਹਿੰਦੇ ਕਿ ਪਹਿਲਾਂ ਵੀ ਦੋ ਵਾਰੀ ਆਈ ਸੀ ਪਰ ਉਹ ਨੀਅਤ ਠੀਕ ਨਹੀਂ ਸੀ ਤਾਲੂਕੀ ਲੱਗਦਾ ਹੈ ਕਿ ਹੁਣ ਕੀ ਕੁਝ ਹੁੰਦੇ ਚ ਖਾਸ ਲੈ ਕੇ ਆਏ ਪਹਿਲਾਂ ਜਿਹਨੇ ਚੀਜ਼ਾਂ ਨਹੀਂ ਸੀ ਉਹਨਾਂ ਰਾਹਤ ਮਹਿਸੂਸ ਕਰ ਰਹੇ ਹੈ ਇਹ ਇੱਕ ਲੰਬਾ ਡਿਸਕਸ਼ਨ ਦਾ 이슈 ਹੈ ਪਰ ਮੈਂ ਤੁਹਾਨੂੰ ਇੱਕ ਵਾਰੀ ਬੇਨਤੀ ਕਰਦਾ ਦੇਖੋ 2021 ਦੇ ਵਿੱਚ 2021 ਦੇ ਵਿੱਚ ਪਹਿਲਾ ਜਨਵਰੀ ਚ ਆਉਂਦੀ ਆ ਉਹੀ ਸਰਕਾਰ ਨੂੰ ਦੁਆਰ ਤੇ ਫਿਰ ਦਸੰਬਰ ਚ ਕਿਉਂ ਕੱਢਣ ਦੀ ਲੋੜ ਪੈਗੀ ਜੇ ਉਹਨਾਂ ਦੀ ਪਹਿਲੀ ਕਾਮਯਾਬ ਹੁੰਦੀ ਤਾਂ ਕਮ ਸੇ ਕਮ ਦਸੰਬਰ ਚ ਨਾ ਕੱਢਦੇ ਅਗਰ ਉਹ ਦਸੰਬਰ ਚ ਕੱਢਦੇ ਨਹੀਂ ਤਾਂ ਫਿਰ ਅੱਜ 62000 ਦਾ ਆਕੜਾ ਜਿਹੜਾ ਉਹ ਕਿਵੇਂ ਖੜਾ ਸੋ ਮੈਂ ਅੱਜ ਵੀ ਤੁਹਾਨੂੰ ਕਹਿਣਾ ਚਾਹੁੰਦਾ ਪ੍ਰਾਣੀਆਂ ਸਰਕਾਰਾਂ ਦੀ ਸੋਚ ਹੀ ਨਹੀਂ ਸੀ ਉਹਨਾਂ ਦੀ ਸੋਚ ਸਿਰਫ ਇੱਕ ਵੋਟ ਬੈਂਕ ਪੋਲਿਟਿਕ ਤੇ ਸਬੰਧਿਤ ਸੀ ਅੱਜ ਵੀ ਮੈਂ ਪੁੱਛਣਾ ਚਾਹੁੰਦਾ ਉਹ ਸਮੇਂ ਸਮਝਦੀਆਂ ਸਰਕਾਰਾਂ ਤੋਂ ਵੀ ਤੁਸੀਂ ਲੋਕਾਂ ਨੂੰ ਦਿੱਤਾ ਕੀ ਤੁਸੀਂ ਵਪਾਰੀਆਂ ਨੂੰ ਦਿੱਤਾ ਕੀ ਇੱਕ ਵੀ ਬੈਨੀਫਿਟੇ ਦੱਸ ਦੇਣ ਜਦੋਂ ਇਹਨਾਂ ਨੇ ਵਪਾਰੀਆਂ ਨੂੰ ਕੋਈ ਦਿੱਤਾ ਹੋਵੇ ਸੋ ਬਿਲਕੁਲ ਰੱਤੀ ਪਰ ਵੀ 60000 ਵਪਾਰੀ ਤੁਸੀਂ ਇਹ ਲਾ ਲਓ ਵੀ 2017 ਤੋਂ ਲੈ ਕੇ ਹੁਣ ਤੱਕ ਅਗਰ ਉਹ ਵਿਚਾਰਾ ਦੰਸ ਚੇਲ ਰਿਹਾ ਤਾਂ ਇਸ ਸਮੇਂ ਸਮੇਂ ਦੀ ਸਰਕਾਰਾਂ ਨੇ ਕੀਤਾ ਕੀ ਹੈ ਸੋ ਅੱਜ ਚਲੋ ਬਹੁਤ ਇਤਿਹਾਸਿਕ ਦਿਨ ਹੈ ਵਪਾਰੀਆਂ ਲਈ ਬਹੁਤ ਵੱਡਾ ਅੱਜ ਦਿਨ ਹੈ ਕਿਉਂਕਿ ਅੱਜ ਪਹਿਲੀ ਵਾਰੀ ਵਪਾਰੀਆਂ ਨੂੰ ਕੁਝ ਬਹੁਤ ਵਧੀਆ ਮਿਲਣ ਜਾ ਰਿਹਾ ਹੈ ਸੋ ਅਸੀਂ ਸਮੂਹ ਵਾਰੀਆਂ ਵੱਲੋਂ ਇੱਕ ਚੀਜ਼ ਹੋਰ ਦਰਸ਼ਕ ਵੀ ਸਮਝਣਾ ਚਾਹਣਗੇ ਕਿ ਕਰੋੜਾ ਰੁਪਏ ਦੇ ਡਿਫਾਲਟਰ ਆਕਰ ਬੰਨ ਕਿਦਾਂਗੇ ਕਿ ਵਿਆਜ ਵਿਆਏ ਦੇ ਉੱਪਰ ਜੁਰਮਾਨਾ ਪੈਂਦਾ ਰਿਹਾ ਕਿਸ ਤਰੀਕੇ ਨਾਲ ਸਾਰੀ ਚੀਜ਼ ਦੇਖੋ ਅਗਰ ਤੁਸੀਂ ਇਹਨਾਂ ਦੀ ਟੈਕਸ ਕੈਲਕੂਲੇਸ਼ਨ ਦੇਖੋ ਨਾ ਇਹ amount ਤਾਂ ਬੇਸਿਕ ਪ੍ਰਿੰਸੀਪਲ ਹੋ ਗਿਆ ਉਸ ਦੇ ਉੱਤੇ ਫਿਰ ਇੰਟਰਸਟ ਲੱਗਦਾ ਇੰਟਰਸਟ ਤੋਂ ਫਿਰ ਇੰਟਰਸਟ ਲੱਗਦਾ ਫਿਰ ਪੈਨਲਟੀਆਂ ਲੱਗਦੀਆਂ ਸੋ 1 ਲੱਖ ਅਲਾ ਵੀ ਮੈਨੂੰ ਲੱਗਦਾ ਵੀ ਜਿਹੜੀ amount ਆ ਉਹ ਸਮੇਂ-ਸਮੇਂ ਨਾਲ 10-20 ਲੱਖ ਰੁਪਿਆ ਬਣ ਜਾਂਦੀ ਹੈ ਜਦੋਂ ਵਪਾਰੀ ਜਿਹੜਾ ਹੈਗਾ ਕੋ ਕੰਟੈਸਟ ਕਰਦਾ ਵੀ ਨਹੀਂ ਜੀ ਮੈਨੂੰ ਗਲਤ ਲੱਗੇ ਨੇ ਪੈਸੇ ਪਰ ਉਹ ਟੈਕਸ ਦਾ ਜਿਹੜਾ ਪਹੀਆ ਉਹ ਤਾਂ ਰੁਕਦਾ ਨਹੀਂ ਪੈਨਲਟੀ ਦਾ ਪਹੀਆ ਰੁਕਦਾ ਨਹੀਂ ਸੋ ਛੋਟੀ ਜੀ ਜਿਹੜੀ amount ਆ ਉਹ ਬਹੁਤ ਵੱਡੀ ਬਣ ਜਾਂਦੀ ਔਰ ਵਪਾਰੀ ਦੇਖੋ ਕਈ ਵਾਰੀ ਕੀ ਹੁੰਦਾ ਵੀ ਵਪਾਰੀ ਮੈਂਟਲੀ ਟੈਨਸ਼ਨ ਲਵੇ ਅਬਦਾ ਕੰਮ ਕਰੇ ਜਾਂ ਜ ਉਹ ਉਹਦੇ ਵਿਚਾਰਾ ਦੰਸਾ ਜਿễ ਚੇਲਦਾ ਫਰੀ ਜਾਵੇ ਜਾਂ ਵਕੀਲਾਂ ਦੇ ਆ ਕੋਰਟ ਕਚੈਰੀਆਂ ਦੇ ਚੱਕਰ ਦੇਖੋ ਕੱਢਦਾ ਫਰੀ ਜਾਵੇ ਸੋ ਕਿੱਡੀ ਮਾੜੀ ਗੱਲ ਆ ਸੋ ਇਹ ਬੜਾ ਨਿੰਦਨਯੋਗ ਕੰਮ ਜਿਹੜਾ ਅੱਜ ਤੱਕ ਵਪਾਰੀਆਂ ਨਾਲ ਹੀ ਹੁੰਦਾ ਆਇਆ ਸੋ ਆ ਮੈਂ ਹੀ ਫਿਰ ਤੁਹਾਡੇ ਰਾਈਂ ਗੱਲ ਅਰਜ਼ ਕਰਨਾ ਚਾਹਣਾ ਵੀ ਵਪਾਰੀ ਜਿਹੜੇ ਨੇ ਉਹ ਬੜੀ ਰਾਹਤ ਮਹਿਸੂਸ ਕਰ ਰਹੇ ਨੇ ਮਾਸ ਤੱਕ ਦਾ ਸਮਝ ਦਿੱਤਾ ਗਿਆ ਹਜੇ ਤੱਕ ਫਿਲਹਾਲ ਜਿਹੜੀ ਪਾਲਿਸੀ ਦੇ ਵਿੱਚ ਰੱਖਿਆ ਗਿਆ ਇਹ ਠੀਕ ਹੈ ਵਪਾਰੀ ਨਾਲ ਗੱਲਬਾਤ ਹੋਈ ਕਿੰਨੇ ਤੱਕ ਅਸੀਂ ਆਪਣਾ ਸੈਟਲਮੈਂਟ ਕਰ ਲਾਂਗੇ ਵਪਾਰੀ ਤਾਂ ਇਹ ਸਕੀਮ ਵਾਸਤੇ ਆਲਰੇਡੀ ਰਿਕਵੈਸਟਡ ਸੀ ਉਹ ਸਾਡੇ ਤੋਂ ਪਹਿਲਾਂ ਵੀ ਸਰਕਾਰਾਂ ਰਹੀ ਉਹਨਾਂ ਕੋਲ ਵੀ ਰਿਕੁਐਸਟ ਕੀਤੀ ਸੀ ਵੀ ਸਾਡੇ ਇੱਕ ਵਾਰੀ ਇਹ ਦੰਚ ਲਾ ਦਿਓ ਅਸੀਂ ਪੈਸੇ ਦੇਣ ਨੂੰ ਤਿਆਰ ਆ ਸਾਡੇ ਜੋ ਐਕਚੁਅਲ ਪੈਸੇ ਬਣਦੇ ਨੇ ਜਿਹੜੇ ਤੁਸੀਂ ਬਣਾਏ ਨੇ ਗਲਤ ਸਹੀ ਤਾਂ ਚਲੋ ਬਾਅਦ ਚ ਆਪਾਂ ਵੇਖ ਲਾਂਗੇ ਜੇ ਕੋਈ ਬਣਦੇ ਉਹਦੇ ਤੁਸੀਂ ਲੈ ਲਓ ਪਰ ਕਮ ਸੇ ਕਮ ਇੰਟਰਸਟ ਪੈਨਲਟੀਆਂ ਤੋਂ ਸਾਡਾ ਜਿਹੜਾ ਉਹ ਖੜਾ ਛੜਾਓ ਸੋ ਵਪਾਰੀਆਂ ਨੇ ਤਾਂ ਆਪੇ ਮੰਗ ਸੀ ਔਰ ਪਰਜੋਰ ਮੰਗ ਸੀ ਔਰ ਪਰਜੋਰ ਮੰਗ ਜਿੰਨੀਆਂ ਅਸੀਂ ਮੀਟਿੰਗਾਂ ਕਰੀਆਂ ਪਰਜੋਰ ਮੰਗੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਹਮੇਸ਼ਾ ਹਰ ਵਾਰ ਵਪਾਰੀਆਂ ਨੇ ਪਹੁੰਚਾਈ ਹੈ ਸੋ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਬਾਹ ਫ ਤੇ ਵਪਾਰੀ ਨੂੰ ਇਸ ਦਾ ਆਪਣੇ ਬਿਜ਼ਨਸ ਨੂੰ ਵੀ ਫਾਇਦਾ ਹੋਏਗਾ ਮੈਂਟਲੀ ਤੌਰ ਤੇ ਵੀ ਉਹ ਠੀਕ ਰਹਿਣਗੇ ਦੇਖੋ ਦੋ ਤਿੰਨ ਗੱਲਾਂ ਨੇ ਜੇਕਰ ਵਪਾਰੀ ਫ੍ਰੀ ਮਾਈਂਡਡ ਰਹੂਗਾ ਤਾਂ ਉਹ ਕੰਮ ਕਰਨੀ ਧਿਆਨ ਦੇਊਗਾ ਜਾਂ ਤਾਂ ਵਪਾਰੀ ਉਹ ਕੋਟਕਚਰੀਆਂ ਦੇ ਤਰੀਕੇ ਭੁਗਤੂਗਾ ਫਿਰ ਉਸ ਤੋਂ ਬਾਅਦ ਇਹ ਮੈਂਟਲ ਟੈਨਸ਼ਨ ਲਊਗਾ ਸੋ ਇਹ ਸਾਰੀਆਂ ਚੀਜ਼ਾਂ ਤੋਂ ਵਪਾਰੀ ਨੂੰ ਰਾਹਤ ਮਿਲਦੀ ਹੈ ਦੇਖੋ ਵਪਾਰੀ ਜਿਹੜਾ ਹੁੰਦਾ ਉਹ ਇੱਕ ਹਰ ਦੇਸ਼ ਦੀ ਇਕਨੋਮੀ ਦਾ ਚੱਕਾ ਹੈ ਹੁਣ ਉਹ ਅਗਰ ਚੱਕੇ ਨੂੰ ਤੁਸੀਂ ਰੋਕ ਕੇ ਰੱਖੋਗੇ ਔਰ ਮੈਂ ਅਜ ਹੋਰ ਵੀ ਦੇਖੋ ਥੋੜਾ ਨਾਲ ਗੱਲ ਕਰਨਾ ਚਾਹੁੰਦਾ ਓਟੀਆ ਸਕੀਮ ਤੋਂ علیحدਾ ਵੀ ਅਗਰ ਅੱਜ ਤੁਸੀਂ ਦੇਖੋ ਤਾਂ ਵਪਾਰੀ ਬਹੁਤ ਤੇ ਅਸੀਂ ਅੱਜ ਤੱਕ ਦੇ ਇਤਿਹਾਸ 'ਚ ਅਸੀਂ ਵੀ ਵਪਾਰੀਆਂ ਨੂੰ ਦੇਖਿਆ ਅਸੀਂ ਦਿਵਾਲੀ ਤੱਕ ਤੁਸੀਂ ਕਿਸੇ ਵਪਾਰੀ ਨੂੰ ਪੁੱਛ ਕੇ ਵੇਖ ਲਓ ਜਿਹੜੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵੇਲੇ ਕੋਈ ਫੈਸਟੀਵਲ ਆਉਂਦੇ ਸੀ ਤਾਂ ਉਹਨਾਂ ਦਾ ਕੀ ਹਾਲ ਹੁੰਦਾ ਸੀ ਕਿਵੇਂ ਉਹਨਾਂ ਦੀ ਆਰਮ ਟਵਿਸਟ ਕਿਹੜੇ-ਕਿਹੜੇ ਮਹਿਕਮੇ ਆਲੇ ਕਰਦੇ ਸੀ ਸੋ ਅੱਜ ਵਪਾਰੀ ਬਿਲਕੁਲ ਨਡਰ ਹੋ ਕੇ ਕੰਮ ਕਰ ਰਿਹਾ ਸੋ ਇਹੀ ਮਾਨ ਸਾਹਿਬ ਦੀ ਜਿਹੜੀ ਹੈ ਉਹ ਸੋਚ ਸੀ ਵੀ ਵਪਾਰੀਆਂ ਨੂੰ ਜਿਹੜਾ ਆਪਾਂ ਐਸ 파ਟਰਨ ਬਣਾ ਕੇ ਸਰਕਾਰ 'ਚ ਨਾਲ ਲੈ ਕੇ ਚੱਲੀਏ ਸੋ ਉਹ ਨਾਲ ਲੈ ਕੇ ਅਸੀਂ ਅਸੀਂ ਚੱਲ ਰਹੇ ਹਾਂ ਸੋ ਇਹਦਾ ਪੂਰਾ ਸ਼ਰੇੜਾ ਹੈ ਮਾਨ ਸਾਹਿਬ ਦੀ ਗਵਰਨਮੈਂਟ ਨੂੰ ਮਾਨ ਸਾਹਿਬ ਦੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਦੇ ਔਰ ਅਸੀਂ ਕਹਾਂ ਪੂਰਾ ਪੰਜਾਬ ਦੇ ਵਪਾਰੀ ਜਿਹੜੇ ਨੇ ਉਹ ਬਹੁਤ ਰਾਹਤ ਮਹਿਸੂਸ ਕਰ ਰਹੇ ਨੇ ਔਰ ਬੜਾ ਗਰਮ ਮਹਿਸੂਸ ਕਰ ਰਹੇ ਨੇ ਕਿ ਬਿਨ ਉਹਨਾਂ ਨੇ ਸਹੀ ਸਰਕਾਰ ਨੂੰ ਚੁਣਿਆ। ਚੋਤਾ ਮੋਸਨ ਨਾਲ ਗੱਲਬਾਤ ਕਰਨ ਵਾਸਤੇ ਬਿਲਕੁਲ ਦੀ ਸੌਂਰੇ ਸੀ ਕਿ ਵਪਾਰੀਆਂ ਦਾ ਇਹੀ ਕਹਿਣਾ ਹੈ ਕਿ ਹੁਣ ਅਸੀਂ ਰਾਹਤ ਫੀਲ ਕਰ ਰਹੇ ਹਾਂ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਮੰਗ ਚੱਲ ਰਹੀ ਸੀ ਕਿ ਕੋਈ ਇਦਾਂ ਦੀ ਪਾਲਿਸੀ ਲਿਆਂਦੇ ਜਾਵੇ ਜਿਸ ਤਰੀਕੇ ਨਾਲ ਰਾਹਤ ਜਿਹੜੀ ਵਪਾਰੀਆਂ ਨੂੰ ਮਿਲੇ ਤਾਂ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ ਵਪਾਰੀਆਂ ਦਾ ਕਹਿਣਾ ਹੈ ਕਿ ਅਸੀਂ ਮੈਂਟਲੀ ਤੌਰ ਤੇ ਵੀ ਜਿਹੜਾ ਉਹ ਠੀਕ ਰਹਾਂਗੇ ਤੇ ਜ਼ਾਹਿਰ ਜੀ ਗੱਲ ਹੈ ਜਦੋਂ ਵਪਾਰੀ ਮੈਂਟਲੀ ਤੌਰ ਤੇ ਠੀਕ ਰਹੇਗਾ ਕਿਸੇ ਤਰੀਕੇ ਦੀ ਉਹਨੂੰ ਟੈਨਸ਼ਨ ਨਹੀਂ ਹੋਏਗੀ ਤੇ ਆਪਣੀ ਵੀ ਉਹ ਕੁਝ ਫਾਇਦਾ ਕਰਵੇਗਾ ਤੇ ਨਾਲ ਹੀ ਨਾਲ ਸਟੇਟ ਦੀ ਇਕਨੋਮੀ ਦੇ ਵਿੱਚ ਵੀ ਫਾਇਦਾ ਕਰੇਗਾ ਕੈਮਰਾਮੈਨ ਰਜਤ ਦੇ ਨਾਲ ਨਵੀਨ ਸਿਟੀ ਪੰਜਾਬ ਕੇਸਰੀ ਜਗਬਾਨੀ